ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਹੀ ਪੰਜ ਪਿਆਰੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਦੋ ਬਾਕੀ ਰਹਿ ਗਏ। ਤੇ ਧੰਨ ਹੀ ਉਹ 40 ਮੁਕਤੇ ਮਾਤਾ ਪਾਕ ਕੌਰ ਜਿਨ੍ਹਾਂ ਨੇ ਆਖਰੀ ਪੋਹ ਤੇ ਆਣ ਕੇ ਮਾਘੀ ਤੋਂ ਪਹਿਲੋਂ ਸ਼ਹੀਦੀਆਂ ਪਾ ਕੇ ਲੇਖੇ ਪੜਵਾਏ। ਇਹ ਸਾਰਾ ਪੋਹ ਦਾ ਮਹੀਨਾ ਮਹਾਂਪੁਰਖਾਂ ਨੇ, ਗੁਰਸਿੱਖਾਂ ਨੇ ਇਹਦੀ ਚੋਣ ਕੀਤੀ ਹੈ ਕਿ ਇਹ ਬਤੀਤ ਕਿਵੇਂ ਕਰਨਾ ਚਾਹੀਦਾ, ਕਿ ਸਾਡੇ ਗੁਰੂ ਪੀਰ ਮਹਾਂਪੁਰਖ ਪੋਹ ਦੇ ਮਹੀਨੇ ਚ ਜਾਮਾ ਲੀਰੋ ਲੀਰ ਨੰਗੇ ਪੈਰੀ ਮਾਛੀ ਵਾੜੇ ਨੂੰ ਜਾਂ ਉੱਚਦੇ ਪੀਰ, ਇਹ ਸਾਰੇ ਸਮੇਂ ਬਤੀਤ ਹੋਏ ਪੂਰੇ ਪੋਹ ਦੇ ਮਹੀਨੇ ਦੇ ਪੂਰੇ। ਸਾਹਿਬਜ਼ਾਦਿਆਂ ਦੀਆਂ ਪਰਿਵਾਰ ਵਿਛੋੜਾ, ਅਨੰਦਪੁਰ ਕਿਲ੍ਹਾ ਛੱਡਣਾ, ਸਰਸਾ ਨਦੀ ਨੇ ਆਪਣੇ ਜ਼ੋਰ ਲਾਉਣੇ, ਕਹਿੰਦੇ ਫਿਰ ਇਹ ਪੋਹ ਦਾ ਮਹੀਨਾ ਕਿਵੇਂ ਬਤੀਤ ਕਰੀਏ। ਸੌ ਕੇ ਤਾਂ ਬਤੀਤ ਕਰਨਾ ਹੀ ਨਹੀਂ, ਕਿਉਂਕਿ ਸਾਡੇ ਗੁਰੂਆਂ ਨੇ ਇਹ ਮਹੀਨੇ ਵਿੱਚ ਸੌ ਕੇ ਵੇਖਿਆ ਹੀ ਨਹੀਂ। ਜਿਨ੍ਹਾਂ ਨੇ ਨੇਤਰ ਬੰਦ ਕੀਤੇ ਆ ਉਹਨਾਂ ਫਿਰ ਖੋਲ੍ਹੇ ਨਹੀਂ, ਜਿਨ੍ਹਾਂ ਦੇ ਪੋਹ ਦੇ ਮਹੀਨੇ ਵਿੱਚ ਖੁੱਲ੍ਹੇ ਸੀ ਉਹਨਾਂ ਨੇਤਰ ਬੰਦ ਨਹੀਂ ਕੀਤੇ। ਕਹਿਰ ਦੀ ਸ਼ਰਦੀ ਤੇ ਜ਼ੁਲਮ ਦਾ ਕਹਿਰ, ਇਹ ਸਾਰਾ ਕੁਝ ਸਹਿਣ ਕੀਤਾ ਹੈ ਕਿੰਨਾ ਨੇ, ਗੁਰੂ ਸਾਹਿਬ ਨੇ, ਮਾਤਾ ਪਿਤਾ ਨੇ, ਸਾਹਿਬਜ਼ਾਦਿਆਂ ਨੇ, ਪਿਆਰਿਆਂ ਨੇ, ਮੁਕਤਿਆਂ ਨੇ, ਪੂਰਾ ਕਹਿਰ ਵਰਤ ਲਿਆ ਤੇ ਫਿਰ ਤੂੰ ਸੌਣ ਨਿਸਲ ਹੋ ਕੇ ਇਹ ਉਹਨਾਂ ਦੀ ਯਾਦ ਵਿੱਚ ਸਮਾਂ ਬਿਤਾਲਾ ਤੇ ਤੈਨੂੰ ਕੋਈ ਕਿਣਕਾ ਪ੍ਰਾਪਤ ਹੋ ਜੇ। ਸੰਗਤ ਵਿੱਚ ਕੀਰਤਨ ਕਰਨਾ, ਕਥਾ ਕਰਨੀ, ਕੋਈ ਵੀ ਬਚਨ ਕਰਨੇ ਉਹਨਾਂ ਦੀ ਯਾਦ ਦੇ, ਉਹਨਾਂ ਦੀ ਭਗਤੀ ਇਹ ਜ਼ਰੂਰ ਕਰੋ। ਗੁਰੂ ਸਾਹਿਬ ਕਿਰਪਾ ਕਰਨ, ਮਿਹਰਾਂ ਕਰਨ, ਆਪਦੀ ਆਪਦਾ ਬਿਰਦ ਪਛਾਣ ਲੈਣ, ਇਹਦੇ 'ਚ ਬੰਦਗੀ ਕਰ, ਪਾਠ ਕਰ, ਸਿਮਰਨ ਕਰ, ਕਰਵਾ, ਸਾਧ ਸੰਗਤ ਦੀ ਸੇਵਾ ਕਰ ਤੇ ਗੁਰੂ ਸਾਹਿਬ ਦਾ ਧਿਆਨ ਧਰ। ਇਹ ਤੈਨੂੰ ਸੋਭਦਾ ਨਹੀਂ ਕਿ ਤੂੰ ਨਾਟਕ ਚੇਟਕ ਵੇਖੇ, ਫਿਲਮਾਂ ਵੇਖੇ, ਦੁਨੀਆ ਦੀਆਂ ਰੰਗ ਰਲੀਆਂ ਮਾਣੇ, ਇਸ ਮਹੀਨੇ 'ਚ ਤੈਨੂੰ ਸੋਭਦਾ ਨਹੀਂ। ਜਿਨ੍ਹਾਂ ਦੇ ਨਾਲ ਬੀਤੀਆਂ ਉਹਨਾਂ ਦਾ ਧਿਆਨ ਧਰ, ਕਿਵੇਂ ਉਹ ਭੁੱਖੇ ਗੜੀ ਵਿੱਚ ਲੜਦੇ ਆ, ਸ਼ਹੀਦੀਆਂ ਪਾਉਂਦੇ ਆ, ਕਿਵੇਂ ਸਮਾਂ ਬਤੀਤ ਹੁੰਦਾ ਹੈ, ਕਿਵੇਂ ਕਹਿਰ ਵਰਤਦਾ ਹੈ, ਠੰਡ ਵਰਤਦੀ, ਉਹਨਾਂ ਦੇ ਧਿਆਨ 'ਚ ਬਹਿ ਕੇ ਕੀਰਤਨ ਕਰ ਲਾ, ਨਾਮ ਜਪ ਲਾ, ਸਿਮਰਨ ਕਰ ਲਾ, ਇਹੀ ਤੇਰੇ ਲਈ ਸੁਭਾਗ ਹੈ। ਤੇ ਵਕਤ ਨਾ ਗਵਾ,
ਇਹ ਬੜਾ ਕੀਮਤੀ ਸਮਾਂ।